ਤੇ ਗੱਲਾਂ ਨੂੰ ਇਗਨੋਰ ਕਰਿਆ ਕਰੋ ਥੋੜਾ ਹਾਸੇ ਮਜ਼ਾਕ ਵਾਸਤੇ ਮੈਂ ਵਿੱਚੋ ਕਟਵਟ ਨਹੀਂ ਕਰਦੀ ਹੈ ਜਿਹੜੀਆਂ ਗੱਲਾਂ ਮੇਰੇ ਜ਼ਰਾ دیر ਲੱਗੇਗੀ ਨਹੀਂ ਵਰਨਾ ਮੈਂ ਮੋਬਾਈਲ ਲਾਵਾਂ ਨਾ ਟ੍ਰਾਈਪੋਡ ਤੇ ਤੇ ਅੰਨੀ ਦਾ ਬਾਰ ਬਾਰ ਡਿੱ ਗਿਆ ਹੁੰਦਾ ਕਿਸੇ ਦਿਨ ਤਾਂ ਮੈਨੂੰ ਲੱਗਦਾ ਇਹਨੇ ਹਾਂਡੀ ਜੀ ਜਾ ਪੈਣਾ ਪਰ ਆਠੇ ਦੀ ਲੈਂਡਿੰਗ ਚੈੱਕ ਕਰੋ ਜ਼ਰਾ ਤੁਸੀਂ ਬਿਸਮਿਲ੍ਲਾ ਰਹਿਮਨ ਰਹੀਮ ਅਸਲਾਮੁਅਲੈਕੁਮ ਸਵੇਰ ਬਖੈਰ ਜ਼ਿੰਦਗੀ ਕੀ ਨੇ ਤੁਹਾਡੇ ਹਾਲ ਤੇ ਮੈਂ ਤੁਹਾਡੀ ਹੋਸਟ ਹਾਂ ਤੁਹਾਡੇ ਨਾਲ ਤੇ ਤੁਸੀਂ دیکھتے ਜਾਓ ਦਿਨ ਦਾ ਹੋ ਗਿਆ ਆਗਾਜ਼ ਤੇ ਰਾਤ ਦਾ ਕਲੀਪੇ ਕੇ ਰਾਤੀ ਮੈਂ ਇਹਨੂੰ ਬੋਇਲ ਕਰਕੇ ਰੱਖ ਲਿਆ ਸੀ ਤੁਸੀਂ ਨਾਲ-ਨਾਲ ਦੇਖੋ ਮੈਂ ਕੀ ਕਰ ਰਹੀ ਆ ਤੇ ਨਾਲ ਮੇਰੀ ਗੱਲ ਸੁਣੋ ਅੱਧੀ ਜ਼ਿੰਦਗੀ ਜਿਹੜੀ ਹੈ ਨਾ ਇਨਸਾਨ ਦੀ ਇਨਸਾਨ ਦੀ ਕਿਹ ਸਾਡੀ ਆਪਣੀ ਹਰ ਇੱਕ ਦੀ ਕਹਾਣੀ ਹੈ ਕਿ ਅੱਧੀ ਜ਼ਿੰਦਗੀ ਅਸੀਂ ਅچھے ਦਿਨਾਂ ਦੇ ਇੰਤਜ਼ਾਰ ਵਿੱਚ گزار ਕੇ ਤੇ ਬਾਅਦ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਦਿਨ ਉਹੀ ਚੰਗੇ ਸੀ ਉਹੀ ਜ਼ਿੰਦਗੀ ਚੰਗੀ ਸੀ ਜਿਹੜੀ ਲੰਘ ਗਈ ਹੈ ਤੇ لہذا ਜ਼ਿੰਦਗੀ ਦੇ ਹਰ ਦਿਨ ਨੂੰ ਖੂਬਸੂਰਤ ਸਫ਼ਰ ਕਰੋ ਔਰ ਬੜਾ ਬਿਹਤਰੀਨ ਤਸਵਰ ਕਰੋ ਅੱਲਾਹ ਤਾਲਾ ਦੀ ਬਹੁਤ ਬੜੀ ਬਲੇਸਿੰਗ ਏ ਜ਼ਿੰਦਗੀ ਔਰ ਇਹ ਵਨ ਟਾਈਮ ਆਫਰ ਏ بار بار ਇਸ ਚੀਜ਼ ਨੂੰ ਮੈਂ ਦੁਹਰਾਨੀ ਆ इस गलू अपने जेहन रखो जिंदगी हर दिन तहैया करो कि बिल्कुल ना किसी का दिल दुखाना है ना कोई झूठ बोलना ना कोई गलत बयानी करनी है और अल्लाह तला की फर्मा बरदारी अपनी जिंदगी गुजारना है और खुश और खुरम होकर गुजारना है हर वक्त अलहमदुल्ला कहद हो जी मैं सागूदाना जरा इनू भगो के फिर बोयल करके पल्स खूबसूरत ज बना के फ्रिज रख लिया ठंडा हो गया और कल मैं बनाई हुई सी तू पता है जैली उ मेरी बची पी ਉਹਨੂੰ ਮੈਂ ਕਟਿੰਗ ਕਰ ਲਈ ਇੱਕ ਮੈਂ ਮੈਂਗੋ ਲਿਆ ਉਹਨੂੰ ਕਿਊਬਸ ਚ ਕੱਟ ਕਰ ਲਿਆ ਔਰ ਇੱਕ ਪੈਕਟ ਦੁੱਧ ਦਾ ਪਾਇਆ ਔਰ ਬਿਹਤਰੀਨ ਜਿਹਾ ਦੋ ਤਿੰਨ ਬੰਦੇ ਦਾ ਆਰਾਮ ਨਾਲ ਨਾਸ਼ਤਾ ਕਰ ਸਕਦੇ ਨੇ ਔਰ ਅੱਜ ਮੈਂ ਕੋਈ ਡਰਿੰਕ ਨਹੀਂ ਬਣਾਇਆ ਤੇ ਮੈਂ ਇਹਨੂੰ ਪਹਿਲੇ ਬਣਾਇਆ ਸੀ ਮੈਂ ਕਿਹਾ ਚਲੋ ਇਹਨੂੰ ਪਹਿਲੇ ਖਾਣੇ ਆ ਕਿਉਂਕਿ ਠੰਡੀ ਕੋਈ ਵੀ ਚੀਜ਼ ਸਵੇਰ ਸਵੇਰ ਖਾਣ ਤੇ ਦਿਲ ਕਰਦਾ ਹਾਲਾਂਕਿ ਤਿੰਨ ਦਿਨ ਤੋਂ ਮੁਸਲਸਲ بارش ਹੀ ਹੋ ਰਹੀ ਹੈ ਤੇ ਇਹ ਜੀ ਹੁਣ ਮੈਂ ਵਿਜੈਲੀ ਵੀ ਇਹਦੇ ਸ਼ਿਫਟ ਕਰ ਰਹੀਆਂ ਸਾਰੀਆਂ ਚੀਜ਼ਾਂ ਨੂੰ ਮੁਕੰਮਲ ਵਿੱਚ ਮੈਂ ਮਿਕਸ ਕਰਤਾ ਇੱਕ ਕੱਪ ਮੈਂ ਵਿੱਚ ਪਾਇਆ ਛੋਟੇ ਵਾਲਾ ਜਿਹੜਾ ਹੁੰਦਾ ਹੈ ਕੰਡੈਂਸ ਮਿਲਕ ਦਾ ਉਹ ਮੈਂ ਭੁੱਲ ਗਈ ਤੁਹਾਨੂੰ ਦੱਸਣਾ ਜਾਂ ਸ਼ਾਇਦ ਹਲੇ ਮੈਂ ਪਾਣਾ ਉਹ ਮੈਂ ਰਿਕਾਰਡਿੰਗ ਬਾਅਦ ਵਿੱਚ ਕਰ ਰਹੀਆਂ ਨਾ ਸਮਝਿਆ ਕਰੋ ਠੀਕ ਹੈ ਤੇ ਮੇਰਾ خیال ਹੈ ਹਲੇ ਪਾਣਾ ਹੈ ਉਹ ਪਿੱਛੇ ਪਿਆ ਹੈ ठीक है ठीक हो गया तो गलांू इग्नोर कर करो थोड़ा हादसे मजाक वास्ते मचो कट वट नहीं करती है जड़िया गलों मेरे मुँह निकल जाने ने ठीक है तो वैसे तो बारिश जोड़ी है नोदी वजह तो बड़े बड़े मामला जोड़े ने सीधे हो जाते हैं बड़े बड़े डीगे भी हो जाते हैं पर कोई गल नहीं बारिश का बहना है जरा देर लगेगी आखिर तुम्हें आना है जरा देर लगेगी ते आज ही ਹੁਣ ਅਸੀਂ ਇਹਨੂੰ ਪਾ ਕੇ ਤੇ ਦੇ ਦਿੰਨੇ ਆ ਬੱਚਿਆਂ ਨੂੰ ਠੀਕ ਹੈ ਤੇ ਨਾਲ ਖੁਦ ਇੰਜੋਏ ਕਰਨੇ ਆ ਮੈਂ ਵੀ ਆਪਣੇ ਆਪ ਨੂੰ ਖਸੂਸੀ ਟਾਈਮ ਦੇ ਕੇ ਬੈਠ ਕੇ ਨੂੰ ਇੰਜੋਏ ਕਰਾਂਗੀ ਅੱਲਾ ਦਾ ਸ਼ੁਕਰ ਅਦਾ ਕਰਾਂਗੀ ਔਰ ਤੁਹਾਡੇ ਅੱਗੇ ਵੀ ਮੇਰੀ ਇਹੀ ਰਿਕਵੈਸਟ ਹੈ ਕਿ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਆਪਣੇ ਬਾਰੇ ਸੋਚੋ ਔਰ ਆਪਣੇ ਟਾਈਮ ਨੂੰ ਅੱਛਾ ਸਪੈਂਡ ਕਰਨ ਦੀ ਕੋਸ਼ਿਸ਼ ਕਰੋ ਔਰ ਅੱਗੇ ਇਹ ਗੱਲ ਸੁਣੋ ਜ਼ਰਾ ਬੜੀ ਸਪੈਸ਼ਲ ਮੌਲੀ ਸਾਹਿਬ ਨੇ ਖੁਤਬੇ ਵਿੱਚ ਬੰਦਿਆਂ ਨੂੰ ਸਮਝਾਇਆ ਕਿ ਬੀਵੀਆਂ ਦੀ ਤਾਰੀਫ਼ ਕਰਿਆ ਕਰੋ ਬਹੁਤ ਖਿਦਮਤ ਕਰਦੀਆਂ ਨੇ ਘਰ ਵਾਲਿਆਂ ਦੀਆਂ ਤੁਹਾਡੀਆਂ ਦਸਤਰਖਾਨ ਲਗਾਨਦੀਆਂ ਨੇ ਘਰ ਸੰਭਾਲਦੀਆਂ ਨੇ ਬੰਦਾ ਕਾਰ ਗਿਆ ਬੀਵੀ ਨੇ ਦਸਤਰਖਾਨ ਲਗਾਇਆ ਨਾ ਦੋਨੇ ਹਰ ਨਵਾਲੇ ਨਾਲ ਕਿਹਾ ਅਲhamdulillah ਸੁਭਾਨ ਅੱਲਾ ਮਾਸ਼ਾ ਅੱਲਾ ਬੀਵੀ ਨੂੰ ਬਹੁਤ ਗੁੱਸਾ ਚੜਿਆ ਉਹਨੇ ਵੇਲਣ ਚੁੱਕ ਕੇ ਲਿਆ ਕੇ ਮਾਰਿਆ ਬੰਦੇ ਦੇ ਸਿਰ ਵਿੱਚ ਉਹਨੇ ਕਿਹਾ ਕਿ 20 ਸਾਲਾਂ ਤੋਂ ਮੇਰੇ ਖਾਣੇ ਤੇ ਕਦੀ ਨਹੀਂ ਕਿਹਾ ਅੱਜ ਹਮਜ਼ਾਇਨੇ ਪਕਾ ਕੇ ਭੇਜਾ ਤੇ ਅੱਜ ਤੁਹਾਨੂੰ ਪਤਾ ਲੱਗ ਗਿਆ ਕਿ ਇਹ ਬਹੁਤ ਮਜ਼ੇਦਾਰ ਹੈ ਤੇ ਹਰ ਨਵਾਲੇ ਨਾਲ ਸੁਭਾਨ ਅੱਲਾ ਤੇ ਬੰਦਾ ਕੀ ਕਰੇ ਵਿਚਾਰਾ ਮੇਰੇ ਬੇਟੇ ਨੇ ਅੱਜ ਮੈਨੂੰ ਫਰਮਾਇਸ਼ ਕੀਤੀ ਬੜੀ ਮੁੱਦਤ ਤੋਂ ਬਾਅਦ ਹਵਲ ਤੇ ਪਰੌਂਠਾ ਖਾਂਦਾ ਹੀ ਨਹੀਂ ਮੈਂ ਉਹਨਾਂ ਨੂੰ ਪੁੱਛਦੀ ਰਹਿ ਜਾਂਨੀ ਤੇ ਉਹਨੇ ਮੈਨੂੰ ਕਿਹਾ ਚੀਨੀ ਵਾਲਾ ਪਰਾਠਾ ਮम्मा ਬਣਾ ਕੇ ਦੇ ਤੇ ਮੈਨੂੰ ਚੀਨੀ ਵਾਲਾ ਪਰਾਠੇ ਦੀ ਮੈਂ ਐਡੀ ਕੋਈ ਐਕਸਪਰਟ ਕੋਈ ਨਹੀਂ ਹੈ ਲੇਕਿਨ ਮੈਂ ਆਪਣੀ ਤਰਫੋਂ ਕੋਸ਼ਿਸ਼ ਅੱਛੀ ਕਰ ਲੈਣੀ ਆ ਠੀਕ ਹੈ ਤੇ ਆ ਇਹ ਦੇਖ ਲਓ ਦੋ ਮੈਂ ਪੇੜੇ ਲੈ ਕੇ ਨਾ ਜ਼ਰਾ ਜ਼ਿਆਦਾ ਆਟਾ ਲੈ ਕੇ ਉਹ ਤੇ ਦੋ ਪੇੜੇ ਬਣਾਏ ਸਨ ਦੋਨਾਂ ਤੇ ghee ਲਗਾ ਲਓ ਤੁਸੀਂ ਦੇਸੀ ਲਗਾ ਲਓ ਜਾਂ ਜਿਹੜਾ ਵੀ ਤੁਹਾਡੇ ਕੋਲ ਹੈ ਲਾ ਲਵੋ ਤੇ ਉੱਤੇ ਫਿਰ ਮੈਂ ਪਾਈ ਚੀਨੀ ਇਹ ਖਾਤ ਨਾਲ ਵੀਡੀਓ ਬਣਾਉਣ ਲਈ ਸਨ ਫਿਰ ਮੇਰਾ ਬੇਟਾ ਆ ਗਿਆ ਤੇ ਵੀਡੀਓ ਉਹਨੇ ਬਣਾਈ ਤੇ ਆ ਮੈਂ ਪੇੜਾ ਬਣਾ ਲਿਆ ਪੇੜਾ ਬਣਾ ਕੇ ਤੇ ਨੂੰ ਹੱਥ ਨਾਲ ਥੋੜੀ देर ਤੁਸੀਂ ਫਲਾਣਾ ਤੇ ਫਿਰ ਇਹਨੂੰ ਉੱਤੇ ਜਿਹੜਾ ਨ ਠੀਕ ਹੈ ਰ ਫਿਰ ਤਵਾ ਮੈਂ ਉੱਪਰ ਰੱਖਤਾ ਜਿਵੇਂ ਉਹਨੇ ਗਰਮ ਹੋਣਾ ਹੈ ਨਾ ਐ ਮੇਰੇ ਬੇਟਾ ਅੱਜ ਕੋਲ ਸੀ ਮੇਰੇ ਤੇ ਆਪਨੇ ਵੀਡੀਓ ਬਣਾਈ ਵਰਨਾ ਮੈਂ ਮੋਬਾਈਲ ਲਾਵਾਂ ਨਾ ਟਰਾਈਪੋਡ ਤੇ ਤੇ ਅੰਨੀ ਦਾ ਬਾਰ-ਬਾਰ ਡਿੱ ਗਿਆ ਹੁੰਦਾ ਕਿਸੇ ਦਿਨ ਤਾਂ ਮੈਨੂੰ ਲੱਗਦਾ ਇਹਨੇ ਹਾਂਡੀ ਜੀ ਜਾ ਪੈਣਾ ਠੀਕ ਹੈ ਐ ਉਹਦਾ ਪਰਾਠਾ ਜਿਹੜਾ ਜੀਨੀ ਵਾਲਾ ਬਣਾਉਣ ਚ ਮੈਂ ਅਲਹਮਦੁਲਿਲਾ ਹੋ ਗਈਆਂ ਕਾਮਯਾਬ ਤੇ ਇਹਦੇ ਪਰਾਠੇ ਨੂੰ ਮੈਂ ਪਕਾ ਕੇ ਤੇ ਪਲੇਟ ਵਿੱਚ ਰੱਖ ਕੇ ਤੈਨੂੰ ਦੇ ਦੇਣਾ ਤੇ ਨਾਲ ਇਹਨੂੰ ਅੰਡਾ ਛੰਡਾ ਦੇਾਂਗੀ ਬਾਅਦ ਚ ਲੇਕਿਨ ਥੋੜੀ ਜਿਹੀ ਠਹਿਰ ਕੇ ਕਿਉਂਕਿ ਅੰਡੇ ਜੀਨੀ ਵਾਲੇ ਪਰਾਠੇ ਨਾਲ ਤੇ ਅੰਡਾ ਨਹੀਂ ਖਾ ਠੀਕ ਹੈ ਤੇ ਉਹ ਵੈਸੇ ਵੀ ਅਜ ਸ਼ੌਕ ਨਾਲ ਉਹਨੇ ਮੰਗਿਆ ਤਾਂ ਨੇ ਐਵੇਂ ਖਾ ਲੈਣਾ ਇਹ ਨੂੰ ਮੈਂ ਲੈਂਡਿੰਗ ਕਰਾਈ ਹੈ ਠੀਕ ਹੈ ਉਹ ਤੋਂ ਫਲਾਈ ਕਰਕੇ ਆਇਆ ਹੈ ਤੇ ਇੱਥੇ ਆ ਕੇ ਨੇ ਲੈਂਡ ਕੀਤਾ ਕਿਉਂਕਿ ਮੇਰੇ ਕੋਲ ਜਿਹੜੇ ਚਿਮਟੇ ਨੇ ਨਾ ਰੋਟੀ ਪਕੜਨ ਵਾਲੇ ਇਹ ਨੇ ਦੂਸਰੇ ਲੋਹੇ ਵਾਲੇ ਸਟੀਲ ਵਾਲੇ ਜਿਹੜੇ ਹੁੰਦੇ ਨੇ ਉਹ ਤੇ ਇਹ ਜਿਹੜਾ ਮੇਰਾ ਪਹਿਲਾ ਤਵਾ ਹੈ ਨਾ ਉਹਦਾ ਵੀ ਬੇੜਾ ਗੜਕ ਹੋਇਆ ਇਹ ਮੇਰਾ ਪਰਾਟਾ ਇਹਨੇ ਵੀ ਲੈਂਡਿੰਗ ਕੀਤੀ ਹੈ ਇਹ ਲੈਂਡਿੰਗ ਕਿਉਂ ਕਰ ਰਹੀ ਨੇ ਚਿੰਪੇ ਮੇਰੇ ਦੂਸਰੇ ਨੇ ਆਰਡਰ ਕੀਤੀ ਹੈ ਨੇ ਲੇਕਿਨ ਮੇਰਾ ਆਰਡਰ ਨਹੀਂ ਆ ਰਿਹਾ ਠੀਕ ਹੈ ਫਿਰ ਤਵੇ ਦੇ ਉੱਤੇ ਮੈਂ ਦੋ ਅੰਡੇ ਪਾਏ ਨੇ ਤੇ ਮੈਂ ਜ਼ਬਰਦਸਤੀ ਇਹਨਾਂ ਦੀਆਂ ਜ਼ਰਦੀਆਂ ਜਿਹੜੀਆਂ ਹਨ ਇਹਨਾਂ ਨੂੰ ਫਾੜ ਦਿੱਤਾ ਤਾਂਕਿ ਇਹ ਜਲਦੀ ਜਰਾ ਕੁਕ ਹੋ ਜਾਣ ਇਹਨਾਂ ਨੂੰ ਮੈਂ ਅਲਟਪਲਟ ਕੀਤਾ ਸੀ ਤੋਂ ਵਿਚੋ ਕੁਲਿਪ ਮਿਸ ਹੋ ਗਿਆ ਥੋੜਾ ਜਿਹਾ ਸਪਰਿੰਕਲ ਕਰ ਰਹੀ ਹਾਂ ਉੱਤੇ ਨਮਕ ਤੇ ਨਾਲ ਥੋੜੀ ਜਿਹੀ ਸਪ੍ਰਿੰਕਲ ਕਰਾਂਗੇ ਮੈਂ ਬਲੈਕ ਪੇਪਰ ਠੀਕ ਹੈ ਤਾਂ ਬਸ ਇੰਨੇ ਜੀ ਇਹਦਾ ਹੋ ਗਿਆ ਕੰਮ ਤੇ ਇਹਨੂੰ ਹੀ ਮੈਂ ਉਵੇਂ ਹੀ ਲੈਂਡਿੰਗ ਕਰਾਣੀ ਪਰਾਠੇ ਦੇ ਉਤੇ ਠੀਕ ਹੈ ਤੇ ਫਿਰ ਮੈਂ ਇਹਨੂੰ ਇੰਜੋਏ ਕਰਨਾ ਆਪਣਾ ਇੱਕ ਕੱਬ ਬਣਾ ਕੇ ਔਰ ਮੈਂ ਇਹਦਾ ਰੋਲ ਬਣਾ ਲੈਣੀ ਹੁੰਨੀ ਆ ਇਹਨੂੰ ਮੈਂ ਲਪੇਟ ਕੇ ਨਾ ਇਹ ਦੇਖੋ ਬੱਚਿਆਂ ਨੂੰ ਇਹਦਾ ਮੈਂ ਰੋਲ ਬਣਾ ਕੇ ਤੇ ਵਿੱਚ ਕੈਚਅਪ ਔਰ ਮਾਇਓਨੈਸ ਲਗਾ ਲੈਣੀ ਆ ਔਰ ਫਿਰ ਮੈਂ ਬੜਾ ਇੰਜੋਏ ਕਰਨੀ ਆ ਨਾਲ ਹੀ ਮੈਂ ਪਾਣੀ ਰੱਖਤਾ ਸੀ ਉਬਲਣ ਵਾਸਤੇ ਠੀਕ ਹੈ ਉਹ ਪਾਣੀ ਮੇਰਾ ਉਬਲ ਜਾਂਦਾ ਫਿਰ ਉਹ ਪੀਣ ਵਾਸਤੇ ਮੈਂ ਕਰਨਾ ਹੁੰਦਾ ਰੈਡੀ ਠੀਕ ਹੋ ਗਿਆ ਜੀ ਤੇ ਦੁਪਹਿਰ ਠੀਕ ਹੈ ਇਹ ਪਹਿਲੇ ਮੈਂ ਤੜਫਾ ਲਿਆ ਇਹਨੂੰ ਥੋੜਾ ਜਿਹਾ ਪਾ ਕੇ ਜੀਰਾ ਕਾਲੀਆਂ ਮਿਰਚਾਂ ਔਰ ਜਿਹੜਾ ਖੜੇ ਮਸਾਲੇ ਹੁੰਦੇ ਨੇ ਮਤਲਬ ਦ ਅਦਰ ਚੀਨੀ ਵਗੈਰਾ ਔਰ ਮੋਟੀ ਲਾਚੀ ਨਾਲ ਬਾਅਦ ਤਾਂ ਮੈਂ ਥੋੜਾ ਜਿਹਾ ਅਦਰ ਲਸਣ ਦੀ ਪੇਸਟ ਆਇਕ ਟਮਾਟਰ ਜਿਹਨੂੰ ਮੈਂ ਜਿਵਾ ਕਰਨ ਦੀ ਕੋਸ਼ਿਸ਼ ਕਰ ਰਹੀ ਆ ਠੀਕ ਹੈ ਇਹਨੂੰ ਮੈਂ ਕਟਿਆ ਨਹੀਂ ਸੀ ਅੱਜ ਮੈਂ ਕਹਾਂ ਨਾਲ ਨਾਲ ਸਹੀ ਠੀਕ ਹੈ ਤੇ ਆ ਮਿਰਚਾਂ ਨੇ ਇਹਨਾਂ ਦੇ ਵਿੱਚੋਂ ਕੱਟ ਲਗਾ ਦੇਣਾ ਤੁਸੀਂ ਡੰਡੀਆਂ ਲਾ ਲਓ ਭਾਵੇਂ ਨਾ ਲਾਓ ਤੁਹਾਡੀ ਮਰਜ਼ੀ ਹੈ ਠੀਕ ਹੈ ਤੇ ਅੱਜ ਮੈਂ ਪਿਆਜ਼ ਨਹੀਂ ਪਾਣ ਲਈ ਮੈਂ ਦੂਸਰਾ ਪਿਆਜ਼ ਜਿਹੜਾ ਹੁੰਦਾ ਨਾ ਰੈੱਡ ਆਨਿਅਨ ਉਹ ਮੈਂ ਪਹਿਲੇ ਹੀ ਪਾ ਕੇ ਰੱਖਿਆ ਠੀਕ ਹੈ ਇਮਵਾਲਣਾ ਵਿੱਚ ਤੇ ਇਹਨਾਂ ਸਾਰੀਆਂ ਮਸਾਲਿਆਂ ਨੂੰ ਇਕੱਠਿਆਂ ਪਾ ਦੇਣਾ ਕਿਉਂਕਿ ਪਿਆਜ਼ ਤਾਂ ਆਲਰੇਡੀ ਬ੍ਰਾਊਨ ਨੇ ਤੇ ਵੈਸੇ ਵੀ ਦਾਲਾਂ ਛਾਲਾਂ ਵਿੱਚ ਮੈਨੂੰ ਐਡੀ ਕੋਈ ਟੈਨਸ਼ਨ ਕੋਈ ਨਹੀਂ ਹੁੰਦੀ ਨਾ ਮੈਂ ਸਬਜ਼ੀਆਂ ਵਿੱਚ ਏਡਾ ਬ੍ਰਾਊਨ ਕਰਨ ਦੀ ਆਦੀ ਆ ਠੀਕ ਹੈ ਕੋਈ ਹਾਂ ਕੋਰਮੇ ਸ਼ੋਰਮੇ ਹੁੰਨ ਤਾਂ ਉਹਦੀ ਥੋੜਾ ਜਿਹਾ ਕਲਰ ਬਿਹਤਰ ਕਰਨ ਵਾਸਤੇ ਮੈਂ ਕਰ ਲੀਨੀ ਆ ਲੇਕਿਨ ਉਹਦੇ ਚੀ ਮੈਨੂੰ ਇਤਨਾ ਪਸੰਦ ਨਹੀਂ ਹੈ ਕਿ 골ਡਨ ਕਰਕੇ ਤੋਦੀ ਮੱਤ ਮਾਰ ਦਿਓ ਤੁਸੀਂ ਬਿਲਕੁਲ ਪਿਆਜ਼ ਦੀ ਪਿਆਜ਼ ਪਿਆਜ਼ ਲੱਗੇ ਹੀ ਨਾ ਠੀਕ ਹੈ ਤੇ ਐਂਜ ਲੱਗੇ ਜਿਵੇਂ ਕੋ ਕਾਲਾ ਜਿਹਾ ਰੰਗ ਵਿੱਚ ਪਾਇਆ ਠੀਕ ਹੈ ਤੇ ਮੈਂ ਨਮਕ ਤੇ ਚਿਲੀ ਫਲੇਕਸ ਉਹ ਵਿਚਰ ਲਾ ਅਮਲਾ ਦੀ ਦੀਏ ਦੇ ਇਹਨਾਂ ਨੂੰ ਥੋੜਾ ਜਿਹਾ ਮੈਂ ਨਾ ਹਲਾਜਲਾ ਲੈਣਾ ਸਿਆਰ ਕਰਾਓ ਇਹਨਾਂ ਨੂੰ ਪੂਰੇ ਭਾਂਡੇ ਦੀ ਤੇ ਫੇਰ ਸਹੀ ਰਹਿੰਦਾ ਮਸਾਲਾ ਠੀਕ ਹੈ ਵਰਨਾ ਇਹ ਸਾਡਾ ਸੁੜਣ ਸੁੜਣ ਲੱਗ ਪੈਂਦਾ ਇਹਨੂੰ ਪੂਰੇ ਬਰਤਨ ਦੀ ਜਿਹੜੀ ਸਿਆਰ ਕਰਾ ਦਿਓ ਠੀਕ ਹੈ ਤੇ ਜਰੂਰਤ ਪਵੇ ਤੇ ਇੱਕ ਦੋ ਕੋਟ ਵਿੱਚ ਪਾਣੀ ਪਾ ਲਿਆ ਕਰੋ ਮੇਰੀ ਗੱਲ ਨਾ ਸੁਣਿਆ ਕਰੋ ਜ਼ਿਆਦਾ ਠੀਕ ਹੈ ਵੇਖ ਲਓ ਮੈਂ ਵੀ ਪਾਣੀ ਪਾਇਆ ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਆਂਚ ਥੋੜੀ ਜਿਹੀ ਤੇਜ਼ ਹੈ ਠੀਕ ਹੈ ਤੇ ਸਾਰੀ ਗੇਮ ਕੁਕਿੰਗ ਦੇ ਵਿੱਚ ਨਾ ਆਂਚ ਦੀ ਹੁੰਦੀ ਹੈ ਜਿਹੜਾ ਬੰਦਾ ਫਲੇਮ ਨੂੰ ਸਮਝ ਗਿਆ ਨਾ ਕਿ ਅੱਗ ਕਿੰਨੀ ਰੱਖਣੀ ਹੈ ਤੇ ਕਿੰਨੀ ਨਹੀਂ ਰੱਖਣੀ ਉਹ ਹਰ ਚੀਜ਼ ਵਿੱਚ ਟੇਸਟ ਵਾਦਾ ਕਰ ਲਿੰਦਾ ਹੈ ਔਰ ਮੈਂ ਏਡੀ ਕਾਰੀਗਰ ਹੋ ਰਿਹਾ ਤਾਂ ਨਾ ਮੈਂ ਅਕਸਰ ਚੀਜ਼ਾਂ ਜਿਹੜੀਆਂ ਨੇ ਬੋਇਲ ਕਰਕੇ ਰੱਖਣੀਆਂ ਚਨੇ ਹੋ ਗਏ ਲੋਬੀਆ ਹੋ ਗਿਆ ਔਰ ਇਸ ਤੋਂ ਇਲਾਵਾ ਜਿਹੜੀਆਂ ਆਪਣੀਆਂ ਹੁੰਦੀਆਂ ਚਨੇ ਦੀ ਦਾਲ ਹੋ ਗਈ ਜਾਂ ਕੋਈ ਵੀ ਚੀਜ਼ ਚਾਟ-ਛਟ ਬਣਾਣੀ ਹੋਵੇ ਬੱਚਿਆਂ ਨੇ ਦੇਵਨੀਆਂ ਚੀਜ਼ਾਂ ਬੋਇਲ ਕਰਕੇ ਰੱਖਣੀਆਂ ਇਵਨ ਕ ਮੈਂ ਸਬਜ਼ੀਆਂ ਵੀ ਬਲੈਂਚ ਕਰ ਦੇਣੀਆਂ ਮਤਲਬ ਉਹਨਾਂ ਨੂੰ ਸਟੀਮ ਕਰਕੇ ਰੱਖਸ਼ਾਣੀ ਹੁੰਦੀਆਂ ਕਿ ਬੱਚਿਆਂ ਦਾ ਅਗਰ ਦਿਲ ਕਰੇ ਤਾਂ ਬਸ ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ ਫੌਰੀ ਤੌਰ ਤੇ ਖਾ ਲੈਣ ਠੀਕ ਹੈ ਤੇ ਇਹ ਮੈਂ ਪਾਤਾ ਵਿੱਚ ਤੈਨੂੰ ਥੋੜਾ ਜਿਹਾ ਹਲਾਜਲਾ ਦਿੱਤਾ ਹੈ ਤੈਨੂੰ ਥੋੜਾ ਜਿਹਾ ਲਿਡ ਲਾਓ ਤਾਂ ਮੱਕੂ ਠਪੋ ਤੋ 10 ਮਿੰਟ ਬਾਅਦ ਤੁਹਾਡੇ ਲੋਬਿਆ ਹੁੰਨੀ ਹੋਗੇ ਨੇ ਤਿਆਰ ਠੀਕ ਹੈ ਬਹੁਤ ਲੰਮਾ ਚੋੜਾ ਕੰਮ ਨਹੀਂ ਰਹਿੰਦਾ ਤੁਸੀਂ ਅਗਰ ਇਹ ਚੀਜ਼ਾਂ ਬੋਇਲ ਕਰਕੇ ਰੱਖ ਲੈਂਦੇ ਹੋ ਤੁਹਾਡਾ ਕੰਮ ਸਿਰਫ 5 ਮਿੰਟਾਂ ਦਾ ਜਿਹੜਾ ਉਹ ਤੁਸੀਂ ਮਸਾਲਾ ਪਉਣਾ ਹੁੰਦਾ ਇਹ ਦੇਖ ਲਓ ਮੈਂ ਧੰਮ ਦੇਖ ਤੱਕ ਬੰਦ ਕਰ ਦਿੱਤੀ ਜੀ ਤੋ ਬਿਹਤਰੀਨ ਜਿਹਾ ਰੈਡੀ ਹੋ ਗਿਆ ਇਹਨੂੰ ਹੁਣ ਪਾਨੇ ਆਪਾਂ ਬੋਲ ਦੇ ਵਿੱਚ ਠੀਕ ਤੇ ਡੈਕੋਰੇਟ ਇਹਨੂੰ ਕਰੋ ਇਹਦੀ ਉਹ ਮੱਥਾ ਬਣਾ ਲਿਆ ਕਰੋ ਠੀਕ ਹੈ ਤਾਂ ਕੱਲ ਕੱਲ ਮਿਲਾਂਗੇ